ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਾਬਕਾ ADGP IPS ਪੰਜਾਬ ਈਸ਼ਵਰ ਚੰਦ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਅੰਤਿਮ ਦੇਹ ਦਾ ਸੰਸਕਾਰ ਜੱਦੀ ਪਿੰਡ ਰੋੜਕਾ ਕਲਾਂ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਹਨਾਂ ਦੀ ਅੰਤਿਮ ਦੇਹ ਨੂੰ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਨਕੋਦਰ, ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਪਗਵਾੜਾ, ਨਵੀਸ਼ਾ ਮਹਿਤਾ ਗੜਸ਼ੰਕਰ, ਸਰਵਨ ਸਿੰਘ ਫਲੋਰ, ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨੀਤਾ ਸੋਮ ਪ੍ਰਕਾਸ਼, ਅਮਰਜੀਤ ਸਿੰਘ ਸੰਧੂ, ਈਸ਼ਵਰ ਸਿੰਘ, ADGP ਯੁਰਿੰਦਰ ਸਿੰਘ ਹੇਅਰ, IG LK ਯਾਦਵ, IPSI ਚੰਡੀਗੜ੍ਹ ਰਾਜਨ ਕਪੂਰ, AIG ਚੰਡੀਗੜ੍ਹ ਰਾਜੇਸ਼ਵਰ ਸਿੰਘ, AIG ਨਵਜੋਤ ਸਿੰਘ ਮਾਹਲ, SSP ਦਿਹਾਤੀ ਜਲੰਧਰ ਰਵਿੰਦਰਪਾਲ ਸਿੰਘ, SP ਹੈੱਡਕੁਆਰਟਰ ਜਲੰਧਰ ਮਨਮੋਹਨ ਸ਼ਰਮਾ, SP ਕ੍ਰਾਈਮ ਚੰਡੀਗੜ੍ਹ DSP ਦਵਿੰਦਰ ਸਿੰਘ ਅਤਰੀ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਸੀਨੀਅਰ ਅਫਸਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਅੰਤਿਮ ਸੰਸਕਾਰ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਨੇ ਅੰਤਿਮ ਦੇਹ ਨੂੰ ਸਲਾਮੀ ਦਿੱਤੀ। ਇਸ ਮੌਕੇ ਦਾਰਾ ਸਿੰਘ ਰਾਏ ਚੇਅਰਮੈਨ, ਰਾਕੇਸ਼ ਦੁੱਗਲ ਬਲਾਕ ਪ੍ਰਧਾਨ, ਰਜਿੰਦਰ ਸਿੰਘ ਬਿੱਲਾ, ਕੁਲਵਿੰਦਰ ਸਿੰਘ, ਰਾਜੀਵ ਰਤਨ ਟੋਨੀ, ਰਿੱਕੀ ਸੱਭਰਵਾਲ, SHO ਗੁਰਾਇਆ ਕੇਵਲ ਸਿੰਘ, ਜਗਤਾਰ ਸਿੰਘ, ਜਗਮਿੰਦਰ ਸਿੰਘ, ਬਲਵੀਰ ਸਿੰਘ, ਗੁਰਦਾਵਰ ਸਿੰਘ ਪਾਸਲਾ, ਮਹਿੰਦਰ ਸਿੰਘ ਮੈਸਮਪੁਰ ਤੋਂ ਇਲਾਵਾ ਇਲਾਕੇ ਭਰ ਦੇ ਪਤਵੰਤੇ ਵਿਅਕਤੀਆਂ ਅਤੇ ਪਿੰਡ ਵਾਸੀਆਂ ਨੇ ਵਿਛੜੀ ਰੂਹ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੀ ਈਸ਼ਵਰ ਚੰਦਰ ਸ਼ਰਮਾ ਜੀ, ਉਹ ਜਿਹੜੇ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਆ, ਉਹਨਾਂ ਦਾ ਕ੍ਰਿਮੇਸ਼ਨ ਸੀਗਾ ਔਰ ਬਹੁਤ ਵਧੀਆ ਤਰੀਕੇ ਨਾਲ ਸੇਵਾਵਾਂ ਜਿਹੜੀਆਂ ਨਿਭਾ ਕੇ ਗਏ ਆਪਣੇ ਡਿਪਾਰਟਮੈਂਟ ਦੇ ਵਿੱਚ, ਔਰ ਬਹੁਤ ਹੀ ਜ਼ਿਆਦਾ ਸੋਸ਼ਲ ਔਰ ਸਮਾਜ ਸੇਵੀ ਸੁਭਾਅ ਦੇ, ਸੋਸ਼ਲ ਔਰ ਸਮਾਜ ਸੇਵੀ ਸੁਭਾਅ ਦੇ ਜਿਹੜੇ ਇਨਸਾਨ ਸੀਗੇ ਉਹ, ਔਰ ਅੱਜ ਇੰਨਾ ਵੱਡਾ ਹਜੂਮ ਜਿਹੜਾ ਲੋਕਾਂ ਦਾ ਉਹਨਾਂ ਨੂੰ ਜਿਹੜਾ ਮੋਢਾ ਦੇਣ ਆਇਆ, ਇਹ ਦਰਸਾਉਂਦਾ ਹੈ ਕਿ ਉਹਨਾਂ ਦਾ ਸੁਭਾਅ ਕਿਹੋ। ਸਾਰੇ ਪੰਜਾਬ ਲਈ, ਸਮੁੱਚੇ ਆਪਣੇ ਇਲਾਕੇ ਲਈ ਬਹੁਤ ਦੁੱਖ ਵਾਲੀ ਘਟਨਾ ਹੈ ਕਿ ਸ਼੍ਰੀ ਈਸ਼ਵਰ ਚੰਦਰ ਸ਼ਰਮਾ ਜੀ, ਜਿਹੜੇ ਸੇਵਾ ਮੁਕਤ ADGP ਪੰਜਾਬ ਪੁਲਿਸ ਸਨ, ਅਚਨਚੇਤ ਅਤੇ ਬੇਵਕਤ ਉਹਨਾਂ ਦਾ ਕਾਲ ਚਲਾਣਾ ਹੋ ਗਿਆ। ਅੱਜ ਉਹਨਾਂ ਦੀ ਦੇਹ ਦਾ ਸੰਸਕਾਰ ਕੀਤਾ ਗਿਆ ਹੈ ਇੱਥੇ ਉਹਨਾਂ ਦੇ ਜੱਦੀ ਪਿੰਡ ਰੋੜਕਾ ਕਲਾਂ ਵਿਖੇ। ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਬੇਵਕਤ ਚਲੇ ਜਾਣ ਦੇ ਨਾਲ। ਉਹਨਾਂ ਦੀ ਜ਼ਿੰਦਗੀ ਇੱਕ ਚਾਨਣ ਮਨਾਰਾ ਜ਼ਿੰਦਗੀ ਹੈ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸ਼੍ਰੀ ਈਸ਼ਵਰ ਚੰਦਰ ਜੀ ਦੀ ਜੀਵਨ ਤੋਂ। ਪੰਜਾਬ ਪੁਲਿਸ ਵਿੱਚ ਰਹਿ ਕੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ, ਨਿਮਰਤਾ ਨਾਲ ਅਤੇ ਕਦਰਾਂ ਕੀਮਤਾਂ ਦੇ ਨਾਲ ਉਹਨਾਂ ਨੇ ਆਪਣੀ ਨੌਕਰੀ ਹੰਡਾਈ, ਆਪਣੀ ਜ਼ਿੰਮੇਵਾਰੀ ਉਹਨਾਂ ਨੇ ਪੂਰੀ ਕੀਤੀ। ਬਹੁਤ ਪਿਆਰ ਖੱਟਿਆ ਉਹਨਾਂ ਨੇ, ਬਹੁਤ ਉਹਨਾਂ ਨੂੰ ਮਾਣ ਸਤਿਕਾਰ, ਬੜਾ ਜਸ ਮਿਲਿਆ ਸਮਾਜ ਵਿੱਚੋਂ। ਬਹੁਤ ਵੱਡੇ ਪਿੰਡ ਦੇ ਜੰਮਪਲ ਸਨ ਪਿੰਡ ਰੋੜਕਾ ਕਲਾਂ। ਪੰਜਾਬ ਦਾ ਇੱਕ ਵੱਡਾ ਨਗਰ ਹੈ, ਲੇਕਿਨ ਸ਼੍ਰੀ ਈਸ਼ਵਰ ਚੰਦਰ ਸ਼ਰਮਾ ਜੀ ਨੇ ਆਪਣੇ ਪਿੰਡ ਨੂੰ, ਆਪਣੇ ਨਗਰ ਨੂੰ
ਆਪਣੀ ਧਰਤੀ ਨੂੰ ਇਸ ਮਿੱਟੀ ਨੂੰ ਨਹੀਂ ਛੱਡਿਆ। ਅਕਸਰ ਪਿੰਡ ਆਇਆ ਕਰਦੇ ਸਨ ਅਤੇ ਪਿੰਡ ਵਾਲਿਆਂ ਨਾਲ ਜੁੜ ਕੇ ਰਹੇ, ਆਪਣੇ ਪਿਛੋਕੜ ਨਾਲ ਸਦਾ ਹੀ ਉਹਨਾਂ ਨੇ ਜਿਹੜੀਆਂ ਕਦਰਾਂ ਕੀਮਤਾਂ ਪੂਰੀਆਂ ਕੀਤੀਆਂ ਉਹਦਾ ਕਦੀ ਵੀ ਕਨੈਕਸ਼ਨ ਤੋੜਿਆ ਨਹੀਂ। ਅੱਜ ਵੀ ਉਹਨਾਂ ਦੀਆਂ ਗੱਲਾਂ ਸਾਰੇ ਪਿੰਡ ਦੇ ਲੋਕ ਨਗਰ ਨਿਵਾਸੀ ਕਰਦੇ ਨੇ ਕਿ ਹਰ ਹਫ਼ਤੇ ਪਿੰਡ ਆਇਆ ਕਰਦੇ ਸੀਗੇ ਅਤੇ ਬੜੀ ਨਿਮਰਤਾ ਦੇ ਨਾਲ ਉਹਨਾਂ ਨੇ ਸਮਾਜ ਵਿੱਚ ਵਿਚਰਦੇ ਰਹੇ ਅਤੇ ਆਪਣਾ ਜਿਹੜਾ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ। ਕੋਈ ਇਹਨਾਂ 'ਚ ਅਫਸਰਸ਼ਾਹੀ ਦੀ ਗੱਲ ਨਹੀਂ ਸੀ ਦਿਸਦੀ। ਇੱਦਾਂ ਦੇ ਇਨਸਾਨ ਜਿਹੜੇ ਬਹੁਤ ਇੱਕ ਮਹਾਨ ਛਾਪ ਛੱਡ ਕੇ ਜਾਂਦੇ ਨੇ ਸਮਾਜ ਵਾਸਤੇ, ਅਤੇ ਉਹਨਾਂ ਤੋਂ ਉਹਨਾਂ ਦੇ ਜੀਵਨ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਖਾਸ ਤੌਰ 'ਤੇ ਉਹਨਾਂ ਦੇ ਜਿਹੜੇ ਮਹਿਕਮੇ ਵਾਲਿਆਂ ਨੂੰ, ਪੁਲਿਸ ਅਫਸਰਾਂ ਨੂੰ ਅਤੇ ਸਮੁੱਚੇ ਸਮਾਜ ਨੂੰ ਉਹਨਾਂ ਦੇ ਜੀਵਨ 'ਚੋਂ ਤੋਂ ਬਹੁਤ ਕੁਛ ਸਿੱਖਣ ਦੀ ਲੋੜ ਹੈ ਅਤੇ ਸਿੱਖਣਾ ਚਾਹੀਦਾ ਹੈ। ਅੱਜ ਅਸੀਂ ਸਾਰੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵਡਾਉਣ ਆਏ ਹਾਂ, ਅਫਸੋਸ ਜ਼ਾਹਰ ਕਰਨ ਆਏ ਹਾਂ। ਇਕੱਲੇ ਪਰਿਵਾਰ ਦਾ ਦੁੱਖ ਨਹੀਂ, ਇਸ ਦੁੱਖ ਨੂੰ, ਇਸ ਘਾਟ ਨੂੰ ਸਾਰੇ ਸਮਾਜ ਦਾ ਦੁੱਖ ਅਤੇ ਘਾਟ ਕਹਿ ਸਕਦੇ ਹਾਂ, ਕਰਕੇ ਉਹਨਾਂ ਦੀ ਲੋੜ ਪਰਿਵਾਰ ਨੂੰ ਤਾਂ ਸੀਗੀ, ਉਹਨਾਂ ਦੇ ਬੱਚਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਰਿਸ਼ਤੇਦਾਰਾਂ ਨੂੰ ਸੀ, ਲੇਕਿਨ ਸਮਾਜ ਨੂੰ ਵੀ ਇੱਦਾਂ ਦੇ ਇਨਸਾਨ ਦੀ ਬਹੁਤ ਜ਼ਿਆਦਾ ਲੋੜ ਸੀ। ਅਜੇ ਉਹਨਾਂ ਦਾ ਤਜਰਬਾ, ਉਹਨਾਂ ਦੇ ਜੀਵਨ ਦਾ ਜੋ ਵੀ ਉਹਨਾਂ ਨੇ ਆਪਣੇ ਜੀਵਨ ਵਿੱਚ ਕੀਤਾ, ਅਜੇ ਉਹਨਾਂ ਨੇ ਲੋਕਾਂ ਤੱਕ ਉਹ ਮਹਿਕ ਵੰਡਣੀ ਸੀ, ਪਿਆਰ ਦੇਣਾ ਸੀ, ਸੇਵਾ ਹੋਰ ਕਰਨੀ ਸੀ, ਪਰ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀ। ਸੋ ਬਹੁਤ ਵੱਡਾ ਘਾਟਾ, ਬੜੀ ਵੱਡੀ ਟ੍ਰੈਜਡੀ ਹੈ ਸਾਰੇ ਹੀ ਪਰਿਵਾਰ ਦੇ ਨਾਲ, ਲੇਕਿਨ ਆਪਾਂ ਕੁਛ ਕਰ ਨਹੀਂ ਸਕਦੇ। ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਸਦਾ ਹੀ ਮਨਾਂ 'ਚ ਵਸਾ ਕੇ ਰੱਖਾਂਗੇ ਅਤੇ ਸਮੁੱਚੇ ਸਮਾਜ ਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਲੋੜ ਹੈ। ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।